ਮੈਂ ਮਨਦੀਪ ਕੁਮਾਰ, ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ ਹਾਂ। ਮੈਨੂੰ ਕਾਫ਼ੀ ਸਮੇਂ ਤੋਂ ਬਵਾਸੀਰ ਦੀ ਪ੍ਰੋਬਲਮ ਸੀਗੀ, ਲੇਕਿਨ ਗਰੀਬੀ ਕਰਕੇ ਪੈਸੇ ਨਾ ਹੋਣ ਕਰਕੇ ਮੈਂ ਬਵਾਸੀਰ ਦਾ ਇਲਾਜ ਨਹੀਂ ਕਰਵਾ ਸਕਦਾ ਸੀਗਾ, ਇਲਾਜ ਮਹਿੰਗਾ ਸੀਗਾ। ਅਤੇ ਮੈਨੂੰ ਪਤਾ ਲੱਗਿਆ ਜੋਗਿੰਦਰਾ ਆਪਣੇ ਟਰੱਸਟ ਵਾਲਿਆਂ ਦਾ, ਅਤੇ ਮੈਂ ਉਹਨਾਂ ਕੋਲ ਗਿਆ। ਉਹਨਾਂ ਨੇ ਚੈੱਕਅਪ ਕਰਕੇ ਮੈਨੂੰ ਰਾਣਾ ਹੋਸਪਿਟਲ ਸਰਾਂਦ ਭੇਜਿਆ, ਅਤੇ ਉੱਥੇ ਮੇਰਾ ਆਪਰੇਸ਼ਨ ਹੋ ਗਿਆ। ਆਪਰੇਸ਼ਨ ਬਹੁਤ ਵਧੀਆ ਢੰਗ ਨਾਲ ਵਧੀਆ ਸਹੀ ਹੋਇਆ, ਅਤੇ ਹੁਣ ਮੈਂ ਬਿਲਕੁਲ ਠੀਕ ਠਾਕ ਹਾਂ। ਮੈਂ ਧੰਨਵਾਦ ਕਰਦਾ ਜੋਗਿੰਦਰਾ ਕਲੱਬ ਵਾਲਿਆਂ ਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਦੀਪ ਕੌਰ ਹੈ ਜੀ, ਮੈਂ ਸਰਹੰਦ ਦੀ ਰਹਿਣ ਵਾਲੀ ਹਾਂ। ਮੰਡੀ ਗਿੰਦਗੜ ਜੋਗਿੰਦਰਾ ਵੈਲਫੇਅਰ ਟਰੱਸਟ ਵੱਲੋਂ ਜੀ ਕੈਂਪ ਲੱਗਿਆ ਹੋਇਆ ਸੀ, ਮੇਰੇ ਪਿੱਤੇ 'ਚ ਮਾਸ ਵੱਧ ਰਿਹਾ ਸੀ ਜੀ, ਉਹਨਾਂ ਵੱਲੋਂ ਮੇਰਾ ਚੈੱਕਅਪ ਹੋਇਆ ਫ੍ਰੀ ਜੀ, ਅਤੇ ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ ਵਿੱਚ ਭੇਜਿਆ। ਇੱਥੋਂ ਮੇਰੇ ਇੱਕ ਰੁਪਏ ਦਾ ਖਰਚਾ ਵੀ ਨਹੀਂ ਹੋਇਆ ਜੀ, ਮੇਰਾ ਬਿਲਕੁਲ ਫ੍ਰੀ ਓਪਰੇਸ਼ਨ ਹੋਇਆ ਜੀ। ਇੱਥੇ ਦਾ ਸਟਾਫ ਡਾਕਟਰ ਬਹੁਤ ਵਧੀਆ ਨੇ ਜੀ, ਥੈਂਕ ਯੂ ਜੀ। ਨਮਸਕਾਰ ਜੀ, ਮੈਂ ਸੁਰਜੀਤ ਸਿੰਘ, ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ। ਵੈਲਫੇਅਰ ਮੰਡੀ ਗੋਬਿੰਦਗੜ੍ਹ ਦੇ ਜੋਗਿੰਦਰਾਲਾ ਦਾ ਕੈਂਪ ਲੱਗਿਆ ਸੀ, ਅਤੇ ਉਹਨਾਂ ਨੇ ਮੈਨੂੰ ਉੱਥੇ ਰਾਣਾ ਹਸਪਤਾਲ ਵਿੱਚ ਭੇਜ ਦਿੱਤਾ, ਜਿੱਥੇ ਪੈਸੇ ਦੀ ਤੰਗੀ ਕਾਰਨ ਮੈਂ ਓਪਰੇਸ਼ਨ ਨਹੀਂ ਸੀ ਕਰਾ ਸਕਿਆ। ਪਰ ਜੋਗਿੰਦਰਾਲਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰਾਣਾ ਹਸਪਤਾਲ ਵਿੱਚ ਸਾਨੂੰ ਭੇਜਿਆ। ਇਹਨਾਂ ਨੇ ਸਾਡੀ ਵਧੀਆ ਕੇਅਰ ਕੀਤੀ ਹੈ, ਉਹ ਸਾਨੂੰ ਬਹੁਤ ਹੀ ਚੰਗਾ ਲੱਗਿਆ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਰਾਣਾ ਹਸਪਤਾਲ।